ਸੁਰਿੰਦਰ ਕੁਮਾਰ ਐਗਜ਼ੈਕਟਿਵ ਆਫਿਸਰ ਇਨਵਾਇਰਮੈਂਟ ਟਰੱਸਟ ਅੰਮ੍ਰਿਤਸਰ AR01 ਗਾਈਡਲਾਈਨਸ ਕੀ ਇੱਥੋਂ ਅਸੀਂ ਜਿੱਦਾਂ ਤੁਸੀਂ ਦੇਖ ਰਹੇ ਨੇ ਇੱਥੇ ਪਾਰਟੀਜ਼ ਪੂਰੀਆਂ ਕਰਕੇ ਅਸੀਂ ਸੈਕਟਰ ਆਫਿਸਰਸ ਕੋਲ ਭੇਜ ਰਹੇ ਉੱਥੋਂ ਸਮਾਨ ਜਿਹੜਾ ਹੈ ਉਹ ਦੇ ਰਹੇ ਉਹਨਾਂ ਦੇ ਪਰਚਾ ਦਰਜ ਹੋ ਰਿਹਾ ਨਾਲ ਨਾਲ ਅਪੀਲ ਇਹੀ ਕਰਨਾ ਚਾਹੁੰਦੇ ਕਿ ਆਰਾਮ ਨਾਲ ਸਾਰੇ ਵੋਟਿੰਗ ਜਿਹੜੀ ਹੈ ਹੋਵੇ ਸਾਡੀ ਵਧੀਆ ਕੰਫਰਟੇਬਲੀ ਸਾਰੇ ਕਰਨ ਗਰਮੀ ਦਾ ਅਸੀਂ ਦੇਖੋ ਜਿੰਨਾ ਕਰ ਸਕਦੇ ਹਾਂ ਬਾਕੀ ਕੁਦਰਤ ਹੈ ਕੂਲਰ ਲਾਏ ਹੋਏ ਨੇ ਪੱਖੇ ਚੱਲ ਰਹੇ ਨੇ ਚਲੋ ਅੱਜ ਥੋੜ੍ਹਾ ਮੌਸਮ ਵੀ ਠੀਕ ਹੈ ਅਤੇ ਜੋ ਗਰਮੀ ਹੈ ਉਹ ਤਾਂ ਹੈ ਹੀ ਹੈ ਸੰਜੀਵ ਸ਼ਰਮਾ ਜੀ ਮੈਂ ਇੱਥੇ ਨੋਡਲ ਅਫਸਰ ਲੱਗਿਆ ਜੀ ਇਲੈਕਸ਼ਨ ਦੇ ਵਿੱਚ ਸਰ ਜਿਹੜੇ ਡਿਊਟੀ ਨਹੀਂ ਕਰ ਰਹੇ ਨੇ ਉਹਨਾਂ ਨੂੰ ਜੋ ਚੁਣਾਵ ਆਯੋਗ ਦੀਆਂ ਗਾਈਡਲਾਈਨਸ ਨੇ ਉਹਦੇ ਅਕੋਰਡਿੰਗ ਫਿਰ ਅਗਲੀ ਜਿਹੜੀ ਪੁਲਿਸ ਕਾਰਵਾਈ ਲਈ ਜਿਹੜੀ ਅਕੋਰਡਿੰਗ ਸਾਡੇ ਸਾਹਿਬ ਕਰਨਗੇ AR ਸਾਹਿਬ ਉਹ ਫਿਰ ਸ਼ੁਰੂ ਹੋ ਜਾਏਗੀ ਕਿਉਂਕਿ ਅਸੀਂ ਪਾਰਟੀਆਂ ਦੇ ਮੁਕੰਮਲ ਬਾਈ ਹੁੱਕ ਐਂਡ ਟੂਕ ਹਰ ਹਾਲਤ ਦੇ ਵਿੱਚ ਕਰਨੀ ਹੈ ਕਿਉਂਕਿ ਇਹ ਜਿਹੜਾ ਚੋਣਾਂ ਦਾ ਕੰਮ ਹੈ ਇਹ ਕਿਸੇ ਵੀ ਸਟੇਜ ਦੇ ਉੱਤੇ ਰੁਕ ਨਹੀਂ ਸਕਦਾ ਅਤੇ ਨਾ ਹੀ ਇਹਦੇ 'ਚ ਕੋਈ ਕੁਟਾਈ ਬਰਦਾਸ਼ਤ ਕੀਤੀ ਜਾ ਸਕਦੀ ਹੈ ਦੇਖੋ 2 ਤੋਂ 3 ਬੰਦੇ ਮਿਸਿੰਗ ਸੀ ਉਹਦੇ 'ਚੋਂ ਇੱਕ ਬੰਦੇ ਨੇ ਰਿਪੋਰਟਿੰਗ ਕੀਤੀ ਹੈ ਅਤੇ ਇੱਕ ਬੰਦੇ ਦੀ ਬਾਜੂ ਫ੍ਰੈਕਚਰ ਹੈ ਅਤੇ ਹੁਣ ਉਹਦੀ ਜੋ ਵੀ ਮੈਡੀਕਲ ਜਿਹੜੀ ਰਿਪੋਰਟ ਦੇਖ ਕੇ ਵੀ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਉਹਦੇ ਹਿਸਾਬ ਨਾਲ ਮੈਂ ਅਪੀਲ ਇਹੀ ਕਰਾਂਗਾ ਜੀ ਅਸੀਂ ਵੀ ਇੰਪਲੋਈ ਹੈ ਇਹ ਸਾਰੇ ਇੰਪਲੋਈ ਨੇ ਛੋਟੇ ਛੋਟੇ ਬੱਚੇ ਵਾਲੀ ਲੇਡੀਜ਼ ਦੀਆਂ ਡਿਊਟੀ ਦੇਣ ਆਈਆਂ ਨੇ ਅਤੇ ਅਸੀਂ ਕਿਉਂ ਇਸ ਤਰ੍ਹਾਂ ਆਪਣੀ ਡਿਊਟੀ ਨੂੰ ਇਸ ਤਰ੍ਹਾਂ ਸਕਿਪ ਕਰਕੇ ਇੱਧਰ ਉੱਧਰ ਜਾ ਰਹੇ ਹਾਂ ਅਤੇ ਮੇਰੀ ਇਹੀ ਵਿਨਮਤਾ ਨਾਲ ਇਹਨਾਂ ਨੂੰ ਨਿਵੇਦਨ ਹੈ ਅਤੇ ਇੱਕ ਰਿਕੁਐਸਟ ਹੈ ਗੁਜ਼ਾਰਿਸ਼ ਹੈ ਵੀ ਆਪਣੀ ਡਿਊਟੀ 'ਤੇ ਪਹੁੰਚਣ ਉਮੀਦਵਾਰ ਹੋਣਾ ਚਾਹੀਦਾ ਇਮਾਨਦਾਰ ਇਮਾਨਦਾਰ ਮਿਹਨਤੀ ਅਤੇ ਨਿਡਰ ਹੋਣਾ ਚਾਹੀਦਾ ਮਿਹਨਤੀ ਅਤੇ ਮੌਜੂਦਾ ਸਾਨੂੰ ਜਿਹੜਾ MP ਜਿਹੜਾ ਸਾਨੂੰ ਚਾਹੀਦਾ ਮੌਜੂਦਾ ਜਿਹੜਾ ਲੋਕਲ ਜਿਹਨੂੰ ਕਦੀ ਅਸੀਂ ਮਿਲ ਸਕੀਏ ਜਾ ਕੇ ਸੁੱਖ ਦੁੱਖ ਵਿੱਚ ਸਾਡੇ ਸ਼ਾਮਿਲ ਹੋਵੇ ਉਹੀ ਸਾਨੂੰ ਉਮੀਦਵਾਰ ਚਾਹੀਦਾ ਅਤੇ ਬਾਕੀ ਔਜਲਾ ਸਾਹਿਬ ਮੈਨੂੰ ਤਾਂ ਲੱਗਦੇ ਨੇ ਬੈਸਟ ਲੱਗਦੇ ਨੇ ਜੀ ਔਜਲਾ ਸਾਹਿਬ ਬੈਸਟ ਲੱਗਦੇ ਨੇ ਉਹਨਾਂ ਨੇ ਕਾਫੀ ਪੁੱਲ ਵਗੈਰਾ ਦਾ ਉਹ ਸਾਰੀ ਚੰਗੀ ਕੀਤੀ ਹੈ ਠੀਕ ਹੈ ਜੀ ਗੁਰੂ ਨਾਨਕ ਹੋਸਪਿਟਲ ਵਗੈਰਾ ਮਸ਼ੀਨਾਂ ਵੀ ਲਗਾਈਆਂ ਉਹਨਾਂ ਨੇ ਐਕਸਰੇ ਮਸ਼ੀਨ ਨਿਊਰੋਲੋਜੀ ਮਸ਼ੀਨ ਅਤੇ ਕਾਫੀ ਅੱਛਾ ਕੰਮ ਕਰ ਰਹੇ ਨੇ ਅਤੇ ਮੈਨੂੰ ਤਾਂ ਜੋ ਮੇਰੀ ਆਪਣੀ ਰਾਏ ਜੋ ਹੈ ਔਜਲਾ ਇਜ਼ ਦਾ ਬੈਸਟ ਜੀ ਜੇ ਗੱਲ ਕੀਤੀ ਜੇ ਪੰਜਾਬ ਸਰਕਾਰ ਦੀ ਜਿਹੜੇ ਧਾਲੀਵਾਲ ਸਾਹਿਬ ਲੋਕੀ ਉਹਨਾਂ ਦਾ ਕਹਿਣਾ ਕਿ ਅਸੀਂ ਬਿਜਲੀ ਫ੍ਰੀ ਕਰਕੇ ਦਿੱਤੀ ਸਾਰਿਆਂ ਨੂੰ ਹੋਰ ਵੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਭਾਅ ਜੀ ਬਿਜਲੀ ਜਿਹੜੀ ਮਾਫ਼ ਕੀਤੀ ਗਈ ਹੈ ਉਹ ਇਸ ਤੋਂ ਪਹਿਲੇ ਚੰਨੀ ਸਰਕਾਰ ਸੀ ਚੰਨੀ ਸਰਕਾਰ ਨੇ 3 ਰੁਪਏ ਯੂਨਿਟ ਕੀਤਾ ਸੀ ਅਤੇ ਸਫੀਸ਼ੈਂਟ ਸੀ ਹਰ ਬੰਦੇ ਨੂੰ ਮਤਲਬ ਕਿ ਕਰ ਦਿੱਤਾ ਸੀ ਅਤੇ ਉਹ ਸਫੀਸ਼ੈਂਟ ਸੀ ਲੋਕ ਅੱਜ ਕੱਲ੍ਹ ਜੇ ਆਪਾਂ ਫ੍ਰੀ ਕਰ ਦਾਂਗੇ ਤਾਂ ਅਸੀਂ ਤਾਂ ਐਕਚੁਅਲ ਹੋ ਜਾਵਾਂਗੇ ਮਤਲਬ ਕਿ ਅਸੀਂ ਤਾਂ ਲੇਜ਼ੀ ਹੋ ਜਾਵਾਂਗੇ ਕੋਈ ਕੰਮ ਹੀ ਨਹੀਂ ਕਰ ਸਕਦੇ ਆਪਾਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਬਿਜਲੀ ਹੈ ਉਹ ਭਾਵੇਂ ਥੋੜ੍ਹੀ ਮਿਨੀਮਾਈਜ਼ ਕਰ ਦੇ 3 ਰੁਪਏ ਯੂਨਿਟ ਕਰ ਦਿਉ ਇੱਕੋ ਸਲੈਬ ਬਣਾ ਕੇ ਦਿੱਤਾ ਜਾਵੇ ਉਹੀ ਕਰ ਦਿੱਤੀ ਜਾਵੇ ਲੇਕਿਨ ਮੈਂ ਇੱਕ ਆਮ ਆਦਮੀ ਪਾਰਟੀ ਦੀ ਇਹ ਵੀ ਗੱਲ ਕਰਾਂਗਾ ਇਹਨਾਂ ਨੇ 92 ਸੀਟਾਂ 'ਤੇ ਲੈ ਲਈਆਂ ਲੇਕਿਨ ਨਾਰਾ ਦਿੱਤਾ ਸੀ ਅਸੀਂ ਕਿ ਕੋਈ ਆਪਾਂ ਸਿਕਿਉਰਟੀ ਨਹੀਂ ਲਵਾਂਗੇ ਅੱਜ ਇਹਨਾਂ ਦੀ ਸਿਕਿਉਰਟੀਆਂ ਵੇਖ ਲਓ ਸਾਡੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਇਹ ਕਾਫਲਾ ਲੈ ਕੇ ਚੱਲੇ 500 ਬੰਦਾ ਲੈ ਕੇ ਚੱਲ ਰਹੇ ਇਹਨਾਂ ਦੀ ਮਿਸਿਜ਼ ਉਹ ਵੀ ਕਾਫਲਾ ਲੈ ਕੇ ਚੱਲ ਰਹੀ ਹੈ ਮਤਲਬ ਕਿ ਉਹ ਤਾਂ ਚੀਫ ਮਿਨਿਸਟਰ ਹੈ ਨਹੀਂ ਹੈ ਇਹਨਾਂ ਦੇ ਸਾਰੇ ਪਰਿਵਾਰਾਂ ਨੇ ਸਿਕਿਉਰਟੀਆਂ ਲਿੱਤੀਆਂ ਠੀਕ ਹੈ ਜੀ ਫਿਰ ਕਹਿੰਦੇ 1000 ਰੁਪਈਆ ਆਪਾਂ ਦੇਵਾਂਗੇ ਲੇਡੀਜ਼ ਵਾਸਤੇ 1000 ਰੁਪਈਆ ਦੇਵਾਂਗੇ ਉਹ ਅੱਜ ਕਿੱਥੇ ਹੈ ਜੀ 1000 ਰੁਪਈਆ ਕੋਈ ਨਸ਼ਾ ਗਲੀ ਗਲੀ ਕੁੱਚੇ ਕੁੱਚੇ ਵਿਕ ਰਿਹਾ ਜੀ ਇਹਨਾਂ ਦੇ ਰਾਘਵ ਚੱਡਾ ਜੀ ਇਹਨਾਂ ਦੇ MLA ਸਾਹਿਬ ਕੁੰਵਰ ਵਿਜੇ ਪ੍ਰਤਾਪ ਜੀ ਨੇ ਕਿਹਾ ਕਿ ਰਾਘਵ ਚੱਡਾ ਦੀ ਮਿਲੀ ਭਗਤ ਨਾਲ ਅਫਸਰਾਂ ਨਾ ਕਰਦਾ ਆ ਠੀਕ ਹੈ ਜੀ ਇਹ ਨਸ਼ਾ ਗਲੀ ਗਲੀ 'ਤੇ ਵਿਕ ਰਿਹਾ ਮਤਲਬ ਇਹਨਾਂ ਦੀ ਆਪਣੀ ਪਾਰਟੀ ਤੋਂ ਦੁਖੀ ਹੈ ਫਿਰ ਕਹਿੰਦੇ ਸਕੂਲ ਆਫ ਐਮੀਨੇਸ਼ਨ ਬਣਾਏ ਇਹਨਾਂ ਦੇ MLA ਸਾਹਿਬ ਕੁੰਵਰ ਵਿਜੇ ਪ੍ਰਤਾਪ ਜੀ ਕਹਿ ਰਹੇ ਨੇ ਇਹ ਤਾਂ ਜਿਹੜਾ ਪੇਂਟ ਕੀਤਾ ਇਹਨਾਂ ਨੇ
ਉਹ ਤੇ ਕਾਂਗਰਸ ਦੀ ਸਰਕਾਰ ਤੇ ਬਣੇ ਨੇ। ਜੇ ਗੱਲ ਕੀਤੀ ਜੇ ਭਾਜਪਾ ਸਰਕਾਰ ਦੀ, ਭਾਜਪਾ ਸਰਕਾਰ ਕਹੀ ਜਾਂਦਾ ਰਾਮ ਮੰਦਿਰ ਦਾ ਮੁੱਦਾ ਵੀ ਮਿਲਦੀਆਂ ਜਾ ਰਿਹਾ। ਭਾਜੀ ਰਾਮ ਮੁੱਦੇ ਤੋਂ ਐਵੀਂ ਇੱਥੇ ਕੋਈ ਰਾਮ ਮੁੱਦੇ ਦਾ ਕੋਈ ਨਹੀਂ ਹੈਗਾ, ਉੱਧਰ ਵਾਰਾਣਸੀ ਵਗੈਰਾ ਉੱਧਰਲੀ ਹੋਏਗਾ, ਇੱਥੇ ਹਿੰਦੂ ਮੁਸਲਿਮ ਸਿੱਖ ਇਸਾਈ ਸਾਰੇ ਨਾਲ ਹੀ ਹੈ, ਕੋਈ ਐਸੀ ਗੱਲ ਨਹੀਂ ਆ। ਰਾਮ ਦੀ ਅਸੀਂ ਵੀ ਰਿਸਪੈਕਟ ਕਰਦੇ ਨੇ, ਮਤਲਬ ਕਿ ਇਹ ਨਹੀਂ ਚਾਹੀਦਾ ਕਿ ਆਹ ਵੇਖੋ ਜੀ ਘਨੱਈਆ ਆਇਆ ਸੀ ਜਿਹੜਾ ਗਾਣੇ ਗਾਉਂਦਾ, ਉਹ ਕਹਿੰਦਾ ਜੀ ਜੋ ਰਾਮ ਜੀ ਕੋਲ ਲੈ ਕੇ ਆਏ ਹੋ ਹੁਣ ਕੋਲ ਲੈ ਕੇ ਆਏਗੇ। ਉਹ ਪੋਲੀਟੀਕਲ ਬੰਦਾ ਨਹੀਂ ਹੋਣਾ ਚਾਹੀਦਾ, ਰਾਮ ਜੀ ਸਾਨੂੰ ਲੈ ਕੇ ਆਏ ਕਿ ਰਾਮ ਜੀ ਕੋ ਪੋਲੀਟੀਕਲ ਬੰਦੇ ਲੈ ਕੇ ਆਏ ਨੇ, ਮਤਲਬ ਕਿ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਠੀਕ ਹੈ ਜੇ ਸਾਨੂੰ ਕੋਈ ਪ੍ਰੋਬਲਮ ਹੋਏਗੀ ਤਾਂ ਅਸੀਂ ਮੰਦਰ 'ਤੇ ਥੋੜ੍ਹਾ ਜਾਵਾਂਗੇ ਭਾਜੀ, ਜਾਣਾ ਤਾਂ ਹਸਪਤਾਲ ਹੀ ਪੈਣਾ ਨਾ, ਜਾਣਾ ਤਾਂ ਹਸਪਤਾਲ ਹੀ ਪੈਣਾ। ਮਤਲਬ ਕਿ ਇਹ ਚੀਜ਼ਾਂ ਪੋਲੀਟੀਸਾਈਜ਼ ਨਹੀਂ ਕਰਨੀਆਂ ਚਾਹੀਦੀਆਂ। ਅਸੀਂ ਤਾਂ ਕਹਿੰਦੇ ਹਾਂ ਕਿ ਇਹ ਔਜਲਾ ਇਜ਼ ਦਾ ਬੈਸਟ, ਉਹਨੂੰ ਹੀ ਡਿਜ਼ਰਵ ਕਰਦੇ ਨੇ। ਉਮੀਦਵਾਰ ਹੋਣਾ ਚਾਹੀਦਾ ਜੀ ਜਿਹੜਾ 5 ਸਾਲ ਲੋਕਾਂ ਦੇ ਵਿੱਚ ਰਿਹਾ ਹੋਵੇ, ਲੋਕਾਂ ਦੇ ਦੁੱਖ ਸੁੱਖ 'ਚ ਸ਼ਰੀਕ ਹੋਇਆ ਹੋਵੇ, ਔਰ ਜਿਹਨੇ ਡਿਵੈਲਪਮੈਂਟ ਦੇ ਕੰਮ ਕੀਤੇ ਹੋਣ। ਉਮੀਦਵਾਰ ਉਹ ਨਹੀਂ ਹੋਣਾ ਚਾਹੀਦਾ ਜਿਹੜਾ ਅੱਜ ਸ਼ਕਲ ਵਿਖਾਉਣ ਡਿਆ ਹੋਵੇ, ਕੋਈ ਪੈਰਾਸ਼ੂਟ ਰਾਹੀਂ ਉਤਰਿਆ ਹੋਵੇ ਅਤੇ ਜਿਹੜਾ ਮੌਜੂਦਾ ਵੀ ਕੁਛ ਹੋਵੇ। ਉਮੀਦਵਾਰ ਉਹੀ ਹੋਣਾ ਚਾਹੀਦਾ ਜਿਹਨੇ ਤੁਹਾਡੇ ਲਈ ਕੰਮ ਕੀਤੇ ਆ, ਤੁਹਾਡੀ ਸੇਵਾ ਕੀਤੀ ਆ, ਤੁਹਾਡੇ ਦੁੱਖ ਸੁੱਖ 'ਚ ਰਿਹਾ ਵਾ, ਉਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ। ਮਤਲਬ ਸਰਕਾਰ ਚਾਹੀਦੀ ਆ ਜਿਹੜੀ ਸਰਕਾਰ ਇੱਥੇ ਰੋਜ਼ਗਾਰ ਦੇਵੇ, ਗੱਲਾਂ ਨਾ ਕਰੇ। ਗੱਲਾਂ ਬਹੁਤ ਕਰਦੇ ਨੇ ਅਜੇ ਮਾਣਯੋਗ ਮੁੱਖ ਮੰਤਰੀ ਸਾਹਿਬ ਜਿਹੜੇ ਆ, ਉਹ ਇੱਕ ਕਮੇਡੀਅਨ ਸੀਗੇ, ਉਹ ਪੰਜਾਬ ਦੀ ਜਨਤਾ ਨੂੰ ਪਤਾ ਕਿਸ ਨਜ਼ਰੀਏ ਨਾਲ ਵੇਖਦੇ ਆ, ਇਹ ਸਾਰੀ ਮੇਰੀ ਆਡੀਅੰਸ ਆ, ਇਹ ਲੋਕ ਉਹ ਨੇ ਜਿਨ੍ਹਾਂ ਨੇ ਚੁਣਿਆ ਵਾ, ਇਸ ਕਰਕੇ ਇਹਨਾਂ ਤਮਾਸ਼ਬੀਨਾਂ ਨੇ ਤਾਂ ਮਤਲਬ ਜੋ ਕੀਤਾ ਉਹ ਸਾਰਿਆਂ ਨੂੰ ਪਤਾ ਹੀ ਆ। ਉਮੀਦਵਾਰ ਚਾਹੀਦਾ ਜਿਹੜਾ ਜ਼ਮੀਨ ਨਾਲ ਜੁੜਿਆ ਹੋਵੇ ਜੀ। ਇਸਲਾਮਾਬਾਦ ਸਾਡੇ ਤੋਂ ਜਿਹੜੇ ਕੋਈ ਕਰਮਚਾਰੀ ਇੱਥੋਂ ਗੈਰ ਹਾਜ਼ਰ ਹੋਏ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨ ਵਾਸਤੇ ਹੋਈ ਹੈ। ਸਾਰੇ ਲਿਖ ਕੇ ਦੇਣਗੇ ਵੀ ਇਹ ਆਪਣੀ ਡਿਊਟੀ 'ਤੇ ਨਹੀਂ ਪਹੁੰਚੇ, ਉਹਨਾਂ ਦੇ ਖਿਲਾਫ਼ ਇਲੈਕਸ਼ਨ ਕਮਿਸ਼ਨ ਦੇ ਹੁਕਮ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਲੈਕਸ਼ਨ ਕਮਿਸ਼ਨ ਦੇ ਅਨੁਸਾਰ ਜਿਹੜੀ ਹੈ ਉਹ FIR ਲੌਂਚ ਕੀਤੀ ਜਾਵੇਗੀ ਰੈਲੀਵੈਂਟ ਸੈਕਸ਼ਨ। ਸੋ ਹੁਣ ਦੇਖ ਰਹੇ ਹੋ ਤੁਸੀਂ ਵੀ ਲੋਕ ਸਭਾ ਇਲੈਕਸ਼ਨ ਦੇ ਅਸੀਂ ਅਜੇ ਫਾਈਨਲ ਫੇਜ਼ ਦੇ ਵਿੱਚ ਆ ਗਏ ਹਾਂ। ਕੱਲ੍ਹ ਸਾਡਾ ਜਿਹੜਾ ਹੈਗਾ ਪੋਲਿੰਗ ਦਾ ਦਿਨ ਹੈ ਅਤੇ ਅੱਜ ਅਸੀਂ P-1 ਡੇ 'ਤੇ ਪਾਰਟੀ ਸਾਰੀਆਂ ਸਾਡੀ ਡਿਸਪੈਚ ਹੋ ਰਹੀਆਂ ਨੇ। ਸੋ ਅੱਜ ਦਾ ਦਿਨ ਇੱਕ ਬਹੁਤ ਵੱਡਾ ਦਿਨ ਹੁੰਦਾ ਹੈ ਜਿਸ ਦਿਨ ਅਸੀਂ ਤਕਰੀਬਨ 20,000 ਤੋਂ ਪਲੱਸ ਮੁਲਾਜ਼ਮ ਨੂੰ ਅਸੀਂ ਡਿਸਪੈਚ ਕਰਾਂਗੇ ਆਪਣੀ ਆਪਣੀ ਲੋਕੇਸ਼ਨ 'ਤੇ। ਅਤੇ ਸਾਡੇ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਟੋਟਲ 2134 ਬੂਥ ਨੇ ਐਂਡ ਜਿਹੜੇ ਬੂਥਾਂ ਦੀ ਲੋਕੇਸ਼ਨ ਆ ਉਹ 1121 ਲੋਕੇਸ਼ਨ 'ਤੇ ਇਹ 2134 ਟੋਟਲ ਬੂਥ ਨੇ, ਜਿਹਦੇ ਵਿੱਚੋਂ ਲਗਭਗ ਜਿਹੜੇ ਹੈਗੇ 1700 ਬੂਥ ਉਹ ਅੰਮ੍ਰਿਤਸਰ ਪਾਰਲੀਮੈਂਟਰੀ ਕੋਨਸਟੀਟੂਐਂਸੀ ਦੇ ਨੇ, ਅਤੇ ਜਿਹੜਾ ਸਾਡਾ ਜੰਡਿਆਲਾ ਅਤੇ ਬਾਬਾ ਬਕਾਲਾ ਦਾ ਜਿਹੜਾ ਅਸੈਂਬਲੀ ਸੈਗਮੈਂਟ ਹੈ ਉਹ ਖਡੂਰ ਸਾਹਿਬ ਪਾਰਲੀਮੈਂਟਰੀ ਕੋਨਸਟੀਟੂਐਂਸੀ ਦਾ ਹਿੱਸਾ। ਬਟ ਇਹਨਾਂ ਦੇ ਵਿੱਚ ਸਟਾਫ ਦੇਣਾ, ਸਾਰਾ ਡਿਪਲੋਇਮੈਂਟ ਕਰਨਾ ਉਹ ਬਤੌਰ ਡਿਸਟ੍ਰਿਕਟ ਮੈਜਿਸਟਰੇਟ ਸਾਨੂੰ ਹੀ ਕਰਨਾ ਪੈਂਦਾ। ਸੋ ਇਹ ਅੱਜ ਸਾਰੀ ਪਾਰਟੀਆਂ ਡਿਸਪੈਚ ਹੋ ਰਹੀਆਂ ਨੇ ਅਤੇ ਤਕਰੀਬਨ ਮੈਂ ਸਮਝਦਾ 10,000 ਦੇ ਆਸ ਪਾਸ ਤਾਂ ਸਾਡੇ ਜਿਹੜੇ ਮੁਲਾਜ਼ਮ ਹੈ ਉਹ ਚੋਣ ਡਿਊਟੀ ਬਤੌਰ ਪੋਲਿੰਗ ਸਟਾਫ, ਬਤੌਰ ਪ੍ਰੀਸਾਈਡਿੰਗ ਆਫਿਸਰ, ਅਸਿਸਟੈਂਟ ਪ੍ਰੀਸਾਈਡਿੰਗ ਆਫਿਸਰ ਹੀ ਦੇਣਗੇ। ਉਸ ਤੋਂ ਇਲਾਵਾ ਵੀ ਤਕਰੀਬਨ 10,000 ਲੋਕ ਹੋਰ ਵੀ ਅੰਡਰ ਵੇਰੀਅਸ ਕਪੈਸਿਟੀ BLO ਹੋ ਗਏ ਤੁਹਾਡੇ, 2,000 ਤੋਂ ਉੱਤੇ BLO ਹੋ ਗਏ, ਮਾਈਕਰੋ ਓਬਜ਼ਰਵਰ ਹੋ ਗਏ, ਜਿੰਨੇ ਤੁਹਾਡੇ ਹੁਣ ਸੀਨੀਅਰ ਸਿਟੀਜ਼ਨ ਨੇ ਅਤੇ PWD ਇਲੈਕਟਰਸ ਨੇ ਉਹਨਾਂ ਨੂੰ ਅਸਿਸਟ ਕਰਨ ਲਈ ਅਸੀਂ ਵੋਲੰਟੀਅਰਸ ਵੀ ਰੱਖੇ ਆ ਹਰੇਕ ਬੂਥ ਲੋਕੇਸ਼ਨ ਦੇ ਉੱਤੇ, ਵੀਲਚੇਅਰਸ ਲੈ ਕੇ ਤਾਂ ਕਿ ਉਹਨਾਂ ਨੂੰ ਅਸਿਸਟ ਕਰ ਸਕਣ, ਉਹ ਵੀ ਇੱਕ ਬੜਾ ਹਮਲਾ ਹੁੰਦਾ ਹੈ। ਸਾਡੇ ਸਾਰੇ ਬੂਥਾਂ ਦੇ ਉੱਤੇ ਆਸ਼ਾ ਵਰਕਰਸ ਵੀ ਅਸੀਂ ਬਿਠਾਏ ਨੇ ਕਿਉਂਕਿ ਇਸ ਟਾਈਮ ਹੀਟ ਵੇਵ ਦਾ ਬੜਾ ਪ੍ਰਕੋਪ ਹੈ ਅਤੇ ਹੀਟ ਵੇਵ ਕਰਕੇ ਅਸੀਂ ਹਰੇਕ ਬੂਥ 'ਤੇ ਇਨਸ਼ੋਰ ਕੀਤਾ ਵੀ ਆਸ਼ਾ ਵਰਕਰ ORS ਗੋਲ ਵਗੈਰਾ ਲੈ ਕੇ ਉੱਥੇ ਸਟੇਸ਼ਨ ਰਹਿਣ ਫਸਟ ਏਡ ਕਿੱਟ ਦੇ ਨਾਲ, ਅਤੇ ਉਹਨਾਂ ਦੇ ਉੱਤੇ ਸੁਪਰਵਾਈਜ਼ਰੀ ਡਾਕਟਰਸ ਦੀ ਵੀ ਡਿਊਟੀ ਲਗਾਈਏ ਤਾਂ ਕਿ ਅਗਰ ਕੋਈ ਜ਼ਿਆਦਾ ਸੀਰੀਅਸ ਹੋ ਜਾਂਦਾ ਕਿ ਇੱਥੇ ਡ੍ਰਿਪ ਲਗਾਉਣੀ ਪੈ ਜਾਵੇ ਤਾਂ ਉਹ ਵੀ ਸਾਡੇ ਪੁਖਤਾ ਪ੍ਰਬੰਧ ਨੇ।
ਐਂਡ ਹਰੇਕ ਬੂਥ ਦੇ ਉੱਤੇ ਅਸੀਂ ਇਨਸ਼ੋਰ ਕਰਾ ਰਹੇ ਹਾਂ ਵੀ ਸ਼ੇਡ ਦਾ, ਪੀਣ ਵਾਲੇ ਪਾਣੀ ਦਾ, ਰੈਂਪ ਵਗੈਰਾ ਦਾ, ਸਾਰੀ ਬੇਸਿਕ ਫੈਸਿਲਿਟੀਜ਼ ਉਪਲਬਧ ਹੋਣ। ਉੱਥੇ ਵੀ ਹਦਾਇਤ ਦਿੱਤੀਆਂ ਨੇ ਵੀ ਸਾਡੇ ਸੀਨੀਅਰ ਸਿਟੀਜ਼ਨ, ਦਿਵਿਆਂਗ ਵੋਟਰਸ ਨੂੰ ਸਪੈਸ਼ਲ ਅਸਿਸਟੈਂਸ ਦੇ ਨਾਲ ਪ੍ਰਾਇਰਟੀ ਦੇ ਉੱਤੇ ਵੋਟਿੰਗ ਕਰਾਈ ਜਾਵੇ। ਅਤੇ ਜਿੱਥੇ ਜਿੱਥੇ ਵੀ ਸਾਡੇ ਕੋਈ ਸ਼ੇਡ ਦਾ ਪ੍ਰਬੰਧ ਨਹੀਂ ਹੈ, ਤੋ ਹੀਟ ਵੇਵ ਕਾਫੀ ਹੈ, ਅਤੇ ਅਸੀਂ ਇਨਸ਼ੋਰ ਕਰਾ ਰਹੇ ਹਾਂ ਵੀ ਉੱਥੇ ਸਾਡੇ ਟੈਂਟ ਲੱਗੇ ਹੋਣ, ਤਾਂ ਕਿ ਐਟਲੀਸਟ ਟੈਂਟ ਦੇ ਉੱਤੇ ਅੰਡਰ ਸ਼ੇਡ ਦਾ ਜ਼ਰੂਰ ਪ੍ਰਬੰਧ ਹੋਵੇ ਹਰੇਕ ਬੂਥ ਦੇ ਉੱਤੇ। ਅਤੇ ਇਸ ਤੋਂ ਇਲਾਵਾ ਅਸੀਂ ਦੇਖ ਰਹੇ ਹਾਂ ਕਿ ਜ਼ਿਲ੍ਹੇ ਦੇ ਵਿੱਚ ਜਿਹੜੇ ਹੈਗੀ ਖਾਸ ਕਰ ਕਾਨੂੰਨ ਦੀ ਵਿਵਸਥਾ, ਲਾਅ ਐਂਡ ਆਰਡਰ ਨੂੰ ਦੇਖਦੇ ਹੋਏ, ਸਭ ਤੋਂ ਵੱਡਾ ਅਸੀਂ ਪੂਰੇ ਪੰਜਾਬ ਦੇ ਵਿੱਚ ਵੈਬਕਾਸਟਿੰਗ ਕੰਟਰੋਲ ਰੂਮ ਬਣਾਇਆ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ, ਕਿਉਂਕਿ ਸਾਡੇ 2134 ਦੇ 2134 ਬੂਥਾਂ ਦੇ ਉੱਤੇ ਵੈਬਕਾਸਟਿੰਗ ਦੇ ਨਾਲ ਕੈਮਰੇ ਅੰਦਰ ਲੱਗੇ ਹੋਏ, ਕੈਮਰੇ ਦੀ ਫੀਡ ਸਾਡੇ ਕੋਲ ਆਏਗੀ। ਅਤੇ ਹੁਣ 2134 ਕੈਮਰੇਜ਼ ਨੂੰ ਮੋਨੀਟਰ ਕਰਨ ਲਈ ਸਾਨੂੰ ਇੱਕ ਵੱਡੀ ਟੀਮ ਚਾਹੀਦੀ ਹੈ, ਅਤੇ ਅਸੀਂ 200 ਵੋਲੰਟੀਅਰਸ ਵੱਖ ਵੱਖ ਕਾਲਜਸ ਤੋਂ ਉਹਨਾਂ ਦੇ ਲੈਪਟਾਪ, ਉਹਨਾਂ ਦੇ PC ਦਾ ਸੈਟਅਪ ਕੀਤਾ ਵੈਬਕਾਸਟਿੰਗ ਕੰਟਰੋਲ ਰੂਮ ਦੇ ਵਿੱਚ, ਜਿੱਥੋਂ ਅਸੀਂ ਬੜੀ ਪੈਨੀ ਨਜ਼ਰ ਰੱਖਾਂਗੇ ਸਾਰੇ ਬੂਥ ਦੇ ਉੱਤੇ। ਕੋਈ ਵੀ ਜੇਕਰ ਕੋਈ ਹਰਕਤ ਹੋਏਗੀ ਕਿਸੇ ਬੂਥ ਦੇ ਵਿੱਚ, ਉਹਦੀ ਰਿਕਾਰਡਿੰਗ ਕੀਤੀ ਜਾਵੇਗੀ ਅਤੇ ਉਹਨੂੰ ਅਸੀਂ ਯੂਜ਼ ਕਰਾਂਗੇ ਫੋਰ ਲੋਜਿੰਗ ਆਫ FIR ਜੇਕਰ ਕੁਛ ਇਸ ਤਰੀਕੇ ਦੀ ਘਟਨਾ ਸਾਡੇ ਨੋਟਿਸ ਦੇ ਵਿੱਚ ਆਉਂਦੀ ਹੈ। ਸੋ ਵੈਬਕਾਸਟਿੰਗ ਦੇ ਉੱਤੇ ਬੜੀ ਹੈ ਸਾਡੇ ਕੋਲ ਜਿਹੜੀ ਹੈ ਪੁਲਿਸ ਦੀ ਸਾਰੀ ਪੈਟਰੋਲਿੰਗ ਪਾਰਟੀ, ਸਾਡੇ ਸੈਕਟਰ ਮੈਜਿਸਟਰੇਟ ਦੇ ਨਾਲ ਲਿੰਕ ਆ ਗਏ। ਸੋ ਹਰੇਕ 10-15 ਬੂਥ ਦੇ ਉੱਤੇ ਪੁਲਿਸ ਦੀ ਪੈਟਰੋਲਿੰਗ ਪਾਰਟੀ ਰਹੇਗੀ। ਉਸ ਤੋਂ ਇਲਾਵਾ ਜਿਹੜਾ ਸੈਕਿੰਡ ਰਿਸਪੋਂਡਰ SHO ਲੈਵਲ 'ਤੇ, ਥਰਡ ਰਿਸਪੋਂਡਰ DSP ਲੈਵਲ 'ਤੇ, ਐਂਡ ਇਨਫੈਕਟ ਰਿਜ਼ਰਵ ਵੀ ਜਿਹੜੀ ਹੈ ਸਾਡੇ ਕੋਲ ਤਕਰੀਬਨ 25 ਪੈਰਾਮਿਲਟਰੀ ਫੋਰਸ ਦੀ ਕੰਪਨੀ ਆਈਆਂ ਨੇ, ਜਿਸ 'ਚੋਂ 13 ਰੂਰਲ ਏਰੀਆ ਦੇ ਵਿੱਚ ਨੇ ਐਂਡ 12 ਪੈਰਾਮਿਲਟਰੀ ਫੋਰਸ ਦੀ ਕੰਪਨੀ ਸਾਡੀ ਕਮਿਸ਼ਨਰੇਟ ਏਰੀਆ ਦੇ ਵਿੱਚ ਮੁਸਤੈਦ ਰਹਿਣਗੀਆਂ, ਤਾਂ ਕਿ ਕੋਈ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਅਸੀਂ ਪ੍ਰੋਂਪਟਲੀ ਡੀਲ ਕਰ ਸਕੀਏ। ਇਸ ਤੋਂ ਇਲਾਵਾ ਅਸੀਂ ਕਾਫੀ ਮਾਡਲ ਪੋਲਿੰਗ ਸਟੇਸ਼ਨ ਵੀ ਬਣਾ ਰਹੇ ਹਾਂ, ਹਰੇਕ ਅਸੈਂਬਲੀ ਕੋਨਸਟੀਟੂਐਂਸੀ ਦੇ ਵਿੱਚ 10-10 ਪੋਲਿੰਗ ਸਟੇਸ਼ਨ ਬਣ ਰਹੇ ਨੇ। ਸੋ 110 ਮਾਡਲ ਪੋਲਿੰਗ ਸਟੇਸ਼ਨ ਆਪਾਂ ਬਣਾ ਰਹੇ ਹਾਂ, ਜਿੱਥੇ ਗੁਬਾਰਿਆਂ ਨਾਲ ਹੋਰ ਜਿਹੜਾ ਹੈਗਾ ਉਹਨਾਂ ਦੇ ਬਿਊਟੀਫਿਕੇਸ਼ਨ ਦੇ ਅਰੇਂਜਮੈਂਟ ਕੀਤੇ ਨੇ। ਇੱਕ ਅਸੀਂ ਸੁਪਰ ਮਾਡਲ ਪੋਲਿੰਗ ਸਟੇਸ਼ਨ ਬਣਾ ਰਹੇ ਹਾਂ SL ਭਵਨ ਸਕੂਲ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਜਿੱਥੇ ਤਾਂ ਨੈਕਸਟ ਲੈਵਲ ਦੇ ਅਰੇਂਜਮੈਂਟ ਹੋਣਗੇ ਵੀ ਸਾਰੇ ਵੋਟਰਸ ਨੂੰ ਅਸੀਂ ਉੱਥੇ ਰਿਫਰੈਸ਼ਮੈਂਟ ਦੇਵਾਂਗੇ, ਵੇਰਕਾ ਦੀ ਲੱਸੀ ਪਿਲਾਵਾਂਗੇ, ਢੋਲੀ ਨਾਲ ਸਵਾਗਤ ਕਰਾਂਗੇ। ਸੋ ਐਂਡ ਉਸ ਤੋਂ ਬਾਅਦ ਜਿਹੜਾ ਹੈ ਨੇਲ ਆਰਟ ਕੀਤੀ ਜਾਏਗੀ, ਕਈ ਤਾਂ ਬੁੱਕ ਸਟੋਰ ਵੀ ਬਣੀ ਜਾਵੇਗੀ, ਕੁਛ ਵਿਜ਼ਿਟਰਸ ਨੂੰ ਅਸੀਂ ਕੰਪਲੀਮੈਂਟਰੀ ਬੁੱਕਸ ਵੀ ਦੇਵਾਂਗੇ। ਸੋ ਇਸ ਟਾਈਪ ਦੇ ਸਾਰੇ ਅਸੀਂ ਕਰ ਰਹੇ ਹਾਂ ਤਾਂ ਕਿ ਅਸੀਂ ਪੋਲ ਪਰਸੈਂਟੇਜ ਵਧਾ ਸਕੀਏ ਐਂਡ ਇੱਕ ਫੈਸਟਿਵ ਮਾਹੌਲ ਬਣਾਈਏ। ਸੋ ਇਹ ਸਾਰੇ ਜਿਹੜੇ ਹੈਗੇ ਬਰੋਡਲੀ ਸਾਡੇ ਪ੍ਰਬੰਧ ਨੇ, ਐਂਡ ਮੈਂ ਸਾਰੇ ਵੋਟਰਸ ਨੂੰ ਅਪੀਲ ਕਰਦਾ ਬਤੌਰ ਡਿਸਟ੍ਰਿਕਟ ਮੈਜਿਸਟਰੇਟ ਕਿ ਆਪਾਂ ਪਿਛਲੀ ਵਾਰ ਸਾਡਾ ਲੋਕ ਸਭਾ ਦੇ ਵਿੱਚ ਪੋਲ ਪਰਸੈਂਟੇਜ ਸਾਡੀ 57% ਸੀਗੀ, ਇਸ ਵਾਰ ਮੈਂ ਆਸ ਰੱਖਦਾ ਅਸੀਂ ਇਸ ਵਾਰ 70 ਪਾਰ ਦਾ ਜਿਹੜਾ ਸਾਡਾ CEO ਆਫਿਸ ਵੱਲੋਂ ਸਾਨੂੰ ਟੀਚਾ ਦਿੱਤਾ ਹੋਇਆ ਉਹ ਕਰੀਏ। ਮੈਂ ਆਪਣੀ ਵੋਟ ਵੀ ਜਲੰਧਰ ਤੋਂ ਅੰਮ੍ਰਿਤਸਰ ਸ਼ਿਫਟ ਕਰਾ ਲਈ ਐਂਡ ਸਵੇਰੇ 7 ਵਜੇ ਮੈਂ ਅਤੇ ਆਪਣੇ ਪਰਿਵਾਰ ਦੇ ਨਾਲ ਉੱਥੇ ਬੂਥ 'ਤੇ ਹੀ ਹੋਵਾਂਗਾ ਐਂਡ ਵੋਟ ਪਾਉਣ ਲਈ। ਸੋ ਮੈਂ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਵੀ ਅਪੀਲ ਕਰਾਂਗਾ ਵੀ ਤੁਸੀਂ ਵੀ ਆ ਕੇ ਵੋਟ ਪਾਈਏ, ਐਂਡ ਕਿਉਂਕਿ ਜਿਹੜਾ ਇਹ ਡਿਸੀਜਨ ਹੈ ਇਹ ਸਾਨੂੰ 5 ਸਾਲ ਇੰਪੈਕਟ ਕਰਦਾ, ਇੱਕ ਦਿਨ ਦਾ ਡਿਸੀਜਨ, ਅਤੇ ਇਸ ਨੂੰ ਆਪਾਂ ਜ਼ਰੂਰ ਇਹਨੂੰ ਛੁੱਟੀ ਦਾ ਦਿਨ ਨਾ ਸਮਝ ਕੇ ਆਪਾਂ ਇੱਕ ਜ਼ਿੰਮੇਵਾਰੀ ਦਾ ਦਿਨ ਸਮਝੀਏ, ਸਾਰੇ ਵੋਟ ਪਾਈਏ। ਕੈਂਡੀਡੇਟਸ ਵੱਲੋਂ ਜਿਹੜਾ ਸਰ ਵੋਟਰਾਂ ਨੂੰ ਲੁਭਾਉਣ ਦਾ ਕੀਤਾ ਜਾਂਦਾ, ਉਹਨਾਂ ਵਾਸਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸੋ ਕੈਂਡੀਡੇਟਸ ਦੇ ਵਿੱਚ ਮੈਂ ਦੱਸ ਰਿਹਾ ਸੀਗਾ ਕਿ ਸਾਡੀ ਜਿਹੜੀ ਫਲਾਇੰਗ ਸਕੁਆਡ ਟੀਮਾਂ ਨੇ ਐਂਡ ਸਟੈਟਿਕ ਸਰਵੇਲੈਂਸ ਟੀਮਾਂ ਨੇ, ਇਹ ਹਲੇ ਵੀ ਅੱਜ ਵੀ ਰਾਤ ਨੂੰ ਵੀ ਓਪਰੇਸ਼ਨਲ ਰਹਿਣਗੀਆਂ ਐਂਡ ਕੱਲ੍ਹ ਵੀ ਪੂਰੇ ਦਿਨ ਓਪਰੇਸ਼ਨਲ ਰਹਿਣਗੀਆਂ, ਤਾਂ ਕਿ ਕੋਈ ਵੀ ਸ਼ਿਕਾਇਤ ਆਉਂਦੀ ਹੈ ਤੋ ਇਮੀਡੀਏਟਲੀ ਰਿਸਪੋਂਡ ਕਰਨ। ਐਂਡ ਸਾਰੇ ਫਲਾਇੰਗ ਸਕੁਆਡ ਦੇ ਉੱਤੇ ਕੈਮਰੇ ਲੱਗੇ ਹੋਏ ਨੇ, ਜਿਨ੍ਹਾਂ ਦੀ ਵਿਜ਼ਿਬਿਲਿਟੀ ਰਿਕਾਰਡਿੰਗ ਇੱਥੇ ਵੀ ਹੁੰਦੀ ਹੈ, CEO ਆਫਿਸ ਵੀ ਹੁੰਦੀ ਹੈ,
ਤਾਂ ਕਿ ਕੋਈ ਵੀ ਜੇਕਰ ਇਸ ਟਾਈਪ ਦਾ ਆਏਗਾ ਤਾਂ ਉਹਦੀ ਪ੍ਰੋਪਰ ਰਿਕਾਰਡਿੰਗ ਕਰਕੇ ਇਮੀਡੀਏਟ FIR ਐਕਸ਼ਨ ਲਿੱਤਾ ਜਾਏਗਾ। ਅੱਜ ਪੂਰੇ ਰਾਤ ਗਸ਼ਤ ਕਰੇਗੀ ਫਲਾਇੰਗ ਸਕੁਆਡ, ਐਂਡ ਇਹ ਫਲਾਇੰਗ ਸਕੁਆਡ ਦੀ ਜਿਹੜੀ ਡਿਊਟੀ 24 ਘੰਟੇ ਦੀ ਹੁੰਦੀ ਹੈ, ਤਾਂ 3 ਸ਼ਿਫਟਾਂ ਦੇ ਵਿੱਚ 8-8 ਘੰਟੇ ਦੀ ਸ਼ਿਫਟਾਂ ਦੇ ਵਿੱਚ 3-3 ਟੀਮਾਂ ਹਰੇਕ ਅਸੈਂਬਲੀ ਕੰਸਟੀਟੂਐਂਸੀ ਦੇ ਵਿੱਚ, ਅਤੇ ਕਿਸੇ ਵੀ ਵਕਤ 33 ਫਲਾਇੰਗ ਸਕੁਆਡ ਟੀਮਾਂ ਜ਼ਿਲ੍ਹੇ ਦੇ ਵਿੱਚ ਮੁਸਤੈਦ ਰਹਿੰਦੀਆਂ ਨੇ, ਐਂਡ ਇਹ 24 ਘੰਟੇ ਦੇ ਵਿੱਚ ਰਾਤ ਨੂੰ 2 ਵਜੇ ਵੀ 33 ਟੀਮਾਂ ਓਪਰੇਸ਼ਨਲ ਰਹਿੰਦੀਆਂ ਨੇ, ਤਾਂ ਕਿ ਕੋਈ ਵੀ ਇਸ ਟਾਈਪ ਦੀ ਕੋਈ ਪੈਸੇ ਵੰਡਣ ਦੀ, ਲਿਕਰ ਵੰਡਣ ਦੀ ਸ਼ਿਕਾਇਤ ਜੇਕਰ ਆਉਂਦੀ ਹੈ ਤਾਂ ਇਮੀਡੀਏਟਲੀ ਰਿਸਪੋਂਡ ਕੀਤਾ ਜਾਊਗਾ ਐਂਡ FIR ਦਰਜ ਕੀਤੀ ਜਾਏਗੀ।